एका ते सबर जताउंदा जंगा नूं। बई जी इस गीत दे नाल दर्शकां दी कचहरी दे विच आए ने, मैं गल कर रहा गलव वड़ैच दी। गलव वड़ैच ओह नां है जिहड़ा पहले दिन तो संघर्ष दे नाल जुड़िया ते उहनां कलाकारां दे विच नां आउंदा जिन्हां ने किसानां दी हमायत दे विच नारा मारिया। बई जी किवें देखदे हो पहले दिनों नाल जुड़े हो ते अज संघर्ष जिहड़े मोड़ ते खड़ा, किवें दा महसूस हुंदा? पहली गल तां बहुत माण हुंदा कि अज पंजाबियां ने अपनियां पार्टियां तों अपणियां होर निजी जड़ियां अपनियां सीगियां सवाल सी जां निजी अपने फायदे सी उन्हां तों उत्ते उठ के अज असी अपनी जमीन लई अपनी होंद लई अज मानवता लई अज पूरे भारत लई इक होए आ। इह साडी बहुत वड्डी प्राप्ति है। अज यानी कि साढ़े जिहड़ा सानू वंडिया सी धर्मां च वंडता, सानू नशेड़ी कहा, सानू कहा भी इह तां यूथ आ जिहड़ा पंजाब दा नकारा हो गया, तां विलड़ है, इहदा मढ़ीर आ। इह चीज़ ने जिहड़े अज इह संघर्ष ने ਉਹ ਜਿਹੜਾ ਸਾਡੇ ਤੇ ਦਾਗ ਲਾਇਆ ਜਾ ਰਿਹਾ ਸੀ, ਧੱਕੇ ਨਾਲ ਥੋਪਿਆ ਜਾ ਰਿਹਾ ਸੀ, ਉਹ ਧੋਤਾ ਅਤੇ ਸਾਡੇ ਲੋਕਾਂ ਨੇ ਅੱਜ ਹਰ ਚੀਜ਼ ਤੋਂ ਉੱਤੇ ਉੱਠ ਕੇ ਇਹ ਸੰਘਰਸ਼ 'ਚ ਸ਼ਾਮਲ ਆ। ਪੋਲੀਟੀਕਲੀ ਅਵੇਅਰਨੈਸ ਸਾਡੇ ਯੂਥ 'ਚ ਆਈ ਆ। ਲੋਕ ਹੁਣੇ ਆਉਣ ਵਾਲੇ ਇਲੈਕਸ਼ਨਾਂ ਦੀ ਗੱਲ ਕਰਦੇ ਆ, ਲੋਕਾਂ 'ਚ ਠਹਿਰਾਵ ਆਇਆ, ਲੋਕਾਂ 'ਚ ਮਿਲਵਰਤਣ ਵਧਿਆ। ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਆ। ਬਾਕੀ ਬਿੱਲ ਤਾਂ ਆਪਾਂ ਵਾਪਸ ਕਰਾ ਹੀ ਲੈਣੇ ਆ, ਉਹ ਤਾਂ ਸਰਕਾਰ ਨੂੰ ਭੱਜਣਾ ਪਈਆਂ ਹੋਈਆਂ। ਬਾਈ ਜੀ ਇੱਕ ਗੱਲ ਤੁਸੀਂ ਨੇ ਕਹੀ ਕਿ ਮਿਲਵਰਤਨ ਵਧਿਆ, ਵਾਕਈ ਦੇਖ ਲਓ ਉਹੀ ਸਟੇਜ, ਇੱਕ ਸਟੇਜ ਦੇ ਉੱਤੇ ਕਲਾਕਾਰ ਵੀ ਆ ਰਹੇ ਨੇ, ਬਾਬੇ ਵੀ ਆ ਰਹੇ ਨੇ, ਹਰ ਇੱਕ ਸਮਾਜ ਦੇ ਨਾਲ ਜੁੜਿਆ ਬੰਦਾ ਆ ਰਿਹਾ, ਅਤੇ ਸਿਵਾਏ ਰਾਜਨੀਤਿਕ ਲੋਕਾਂ ਨੂੰ ਛੱਡ ਕੇ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਮਨ੍ਹਾ ਕੀਤਾ। ਕੀ ਸਮਝੀਏ ਕਿ ਜੇ ਰਾਜਨੀਤੀ ਪਾਸੇ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਤਾਂ ਕੋਈ ਫਰਕ ਹੀ ਹੈ ਨਹੀਂ? ਬਿਲਕੁਲ, ਰਾਜਨੀਤੀ ਨੇ ਹਮੇਸ਼ਾ ਡਿਵਾਈਡ ਐਂਡ ਰੂਲ ਜੋ ਗੋਰੇ ਦੇ ਕੇ ਗਏ ਸੀ ਉਹਨੂੰ ਹੀ ਅੱਜ ਤੱਕ ਰੱਖਿਆ। ਸਾਨੂੰ ਅੱਜ ਤੱਕ ਦੇਖ ਲਓ ਸਟੇਟਾਂ 'ਚ ਵੰਡਿਆ ਜਾਂ ਸਾਨੂੰ ਧਰਮ 'ਚ ਵੰਡਿਆ, ਹਿੰਦੂ ਸਿੱਖ ਮੁਸਲਮਾਨ ਇਹੀ ਕਰਦੇ ਰਹੇ ਆ। ਪਰ ਅੱਜ ਜਦੋਂ ਰਾਜਨੀਤੀ ਨੂੰ ਪਰੇ ਕੀਤਾ ਤਾਂ ਲੋਕ ਦੇਖੋ ਇਕੱਠੇ ਨੇ, ਤਾਂ ਇਹ ਕੰਮ ਜਿਹੜਾ ਰਾਜਨੀਤੀ ਦਾ ਕਰਨ ਵਾਲਾ ਸੀ ਅੱਜ ਲੋਕਾਂ ਨੂੰ ਕਰਨਾ ਪੈ ਰਿਹਾ, ਕਲਾਕਾਰਾਂ ਨੂੰ, ਸਿੱਖ ਪ੍ਰਚਾਰਕਾਂ ਨੂੰ, ਹਿੰਦੂ ਜਿਹੜੇ ਧਰਮ ਦੇ ਪ੍ਰਚਾਰਕਾਂ ਨੂੰ, ਮੁਸਲਮਾਨ ਪ੍ਰਚਾਰਕਾਂ ਨੂੰ, ਹਰੇਕ ਧਰਮ ਇਕੱਠੇ ਹੋ ਕੇ। ਜੇ ਸਾਡੇ ਰਾਜਨੀਤਿਕ ਲੋਕ ਲੀਡਰ ਠੀਕ ਹੁੰਦੇ, ਜੇ ਉਹਨਾਂ ਨੇ ਫੈਸਲੇ ਸਹੀ ਕੀਤੇ ਹੁੰਦੇ ਤਾਂ ਸਾਨੂੰ ਇੱਥੇ ਬਹਿਣਾ ਹੀ ਨਾ ਪੈਂਦਾ। ਤਾਂ ਅੱਜ ਜਦੋਂ ਇਹ ਰਾਜਨੀਤਿਕ ਲੋਕਾਂ ਨੂੰ ਪਿੱਛੇ ਧੱਕਿਆ ਤਾਂ ਅੱਜ ਅਸੀਂ ਆਪਣੀ ਜਿੱਤ ਵੱਲ ਵੱਧ ਰਹੇ ਹਾਂ, ਅਤੇ ਲੋਕ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਲੋਕ ਇਹਨਾਂ ਲੀਡਰਾਂ ਨੂੰ ਅਹਿਸਾਸ ਕਰਾਉਂਦੇ ਰਹਿਣਗੇ ਕਿ ਲੋਕਾਂ ਕਰਕੇ ਲੀਡਰ ਨੇ। ਲੀਡਰ ਕੋਈ ਇਹ ਨਹੀਂ ਕਿਹਾ ਕਿ ਲੀਡਰਾਂ ਕੋਲ ਸਭ ਕੁਛ ਰਾਜ ਹੈ, ਇਹ ਲੋਕ ਨੇ ਜੋ ਲੀਡਰਾਂ ਨੂੰ ਤਖਤ 'ਤੇ ਬਿਠਾਉਂਦੇ ਨੇ ਅਤੇ ਲਾਉਣਾ ਵੀ ਜਾਣਦੇ ਨੇ, ਪਾਸੇ ਕਰਨਾ ਵੀ ਜਾਣਦੇ ਆ। ਅੱਜ ਲੀਡਰਾਂ ਨੂੰ ਫਿਕਰ ਪਿਆ ਹੋਇਆ ਕਿ ਅਸੀਂ 2022 'ਚ ਆਉਣ ਵਾਲੇ ਇਲੈਕਸ਼ਨਾਂ 'ਚ ਪਿੰਡਾਂ 'ਚ ਜਾਵਾਂਗੇ ਕਿਵੇਂ, ਤਾਂ ਉਹਨਾਂ ਨੂੰ ਮਤਲਬ ਇੱਕ ਡਰ, ਇੱਕ ਉਹਨਾਂ ਦੇ ਚਿਹਰਿਆਂ 'ਤੇ ਸਹਿਮ। ਜਦੋਂ ਇੰਟਰਵਿਊ ਦੇਖਦੇ ਆ ਉਹ ਬਿੱਲ ਦੀ ਘੱਟ ਗੱਲ ਕਰਦੇ ਆ, ਉਹ ਇਹ ਗੱਲ ਕਰਦੇ ਆ ਕਿ ਯਾਰ ਸਾਡਾ ਤਾਂ ਬੇੜਾ ਗਰਕ ਕਰਤਾ, ਕਿ ਉਹ ਸੈਂਟਰ ਨੂੰ ਕੋਸਦੇ ਆ ਕਿ ਯਾਰ ਤੁਸੀਂ ਤਾਂ ਸਾਨੂੰ ਵੀ ਪਿੰਡਾਂ 'ਚ ਵੜਨ ਲਈ ਨਹੀਂ ਛੱਡਿਆ ਜਿਹੜੀਆਂ ਹੋਰ ਪਾਰਟੀਆਂ ਨੇ। ਤਾਂ ਇਹ ਜਿਹੜੀ ਰਾਜਨੀਤਿਕ ਜਿਹੜੀ ਆਪਣੇ ਕਿ ਉਭਾਰ ਆ ਜਾਂ ਰਾਜਨੀਤਿਕ ਸਮਝ ਆਈ ਹੈ, ਅਵੇਅਰਨੈਸ ਆਈ ਹੈ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਸੇ ਤਰ੍ਹਾਂ ਹੁਣ ਆਉਣ ਵਾਲਾ ਜਿਹੜਾ ਭਵਿੱਖ ਹੈ ਚੰਗਾ ਹੋਊਗਾ, ਇਹਦੇ ਨਾਲ ਹਰ ਚੀਜ਼ ਸੁਧਰੂਗੀ, ਗੀਤ ਵੀ ਸੁਧਰਨਗੇ। ਅੱਜ ਦੇਖ ਲਓ 100-125 ਗੀਤ ਆਇਆ ਤਾਂ ਇਸ ਕਿਸਾਨੀ ਦੇ ਸੰਘਰਸ਼ ਦੇ ਨਾਲ ਹੀ ਆਇਆ, ਔਰ ਚੱਲ ਵੀ ਉਹੀ ਰਹੇ ਨੇ। ਜੇ ਕਿਸੇ ਨੇ ਹੋਰ ਕੋਈ ਹੋਰ ਗੀਤ ਕੀਤਾ ਵੀ ਹੈ ਤਾਂ ਉਹ ਚੱਲਿਆ ਨਹੀਂ, ਉਲਟਾ ਲੋਕਾਂ ਨੇ ਗਾਲਾਂ ਕੱਢੀਆਂ। ਤਾਂ ਇਹ ਜਦੋਂ ਦਿਸ਼ਾ ਸਹੀ ਮਿਲਦੀ ਹੈ ਤਾਂ ਲੋਕ ਉਹ ਦਿਸ਼ਾ ਵੱਲੋਂ ਜਦੋਂ ਸਹੀ ਜਾਂਦੇ ਆ ਤਾਂ ਹਰ ਚੀਜ਼ ਸੁਧਰਦੀ ਹੈ। ਬਾਈ ਜੀ ਹਰਿਆਣੇ ਦੇ ਜਿਹੜੇ ਕਿਸਾਨ ਆਏ ਨੇ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਕਈ ਤਾਂ ਇਹ ਵੀ ਕਹਿ ਦਿੰਦੇ ਨੇ ਯਾਰ ਹਰਿਆਣਾ ਹੋਣਾ ਹੀ ਨਹੀਂ ਸੀ ਚਾਹੀਦਾ, ਅਸੀਂ ਵੀ ਤਾਂ ਪੰਜਾਬ ਦਾ ਹਿੱਸਾ ਹੀ ਹਾਂ, ਅਤੇ ਅੱਜ ਉਹੀ ਮਾਹੌਲ ਸਿਰਜਿਆ ਪਿਆ ਦਿੱਲੀ ਦੇ ਬਾਰਡਰ ਤੱਕ। ਬਿਲਕੁਲ ਜੀ, ਇਹ ਤਾਂ ਰਾਜਨੀਤਿਕ ਲੋਕਾਂ ਨੇ ਵਿੱਚ ਸਾਡੇ ਲੀਕਾਂ ਪਾਤੀਆਂ, ਵੰਡਿਆ ਸਾਨੂੰ ਆਪਣੇ ਰਾਜ ਲਈ ਕਿ ਅਸੀਂ ਬਈ ਆਹ ਤੈਨੂੰ ਮੈਂ ਹਰਿਆਣਾ ਦੇ ਦਿੰਦਾ, ਤੂੰ ਇੱਧਰ ਰਾਜ ਕਰੀ ਜਾਈ, ਮੈਂ ਪੰਜਾਬ 'ਚ, ਨਹੀਂ ਤਾਂ ਪੰਜਾਬ ਤਾਂ ਬਈ 47 ਤੋਂ ਪਹਿਲਾਂ ਅਫਗਾਨਿਸਤਾਨ ਤੋਂ ਦਿੱਲੀ ਤੱਕ, ਅਤੇ ਵੰਡ 47 ਦੀ ਵੰਡ ਤੋਂ ਬਾਅਦ ਵੀ ਹਿਮਾਚਲ ਕੁਝ ਹਿੱਸਾ ਰਾਜਸਥਾਨ ਦਾ ਅਤੇ ਪੰਜਾਬ ਹਰਿਆਣਾ ਦਿੱਲੀ ਤੱਕ ਪੰਜਾਬ ਸੀ। ਇਹਨਾਂ ਨੇ ਆਪਦੇ ਨਿੱਜੀ ਫਾਇਦਿਆਂ ਲਈ ਸਾਨੂੰ ਵੰਡਿਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕਦੇ ਅਤੇ ਰਾਜ ਕਰਦੇ। ਪਰ ਲੋਕਾਂ ਨੇ ਜੇ ਏਕਾ ਜਿਹੜਾ ਦਿਖਾਇਆ, ਇਹ ਏਕਾ, ਇਹ ਸਬਰ ਅਤੇ ਸ਼ਾਂਤੀ ਤਾਂ ਇਹਨਾਂ ਨੂੰ ਤੰਗ ਕਰ ਰਹੀ ਹੈ ਕਿ ਯਾਰ ਅਸੀਂ ਲੜੀਏ ਤਾਂ ਵਾਰ ਕਰੀਏ ਤਾਂ ਕਰੀਏ ਕਿੱਧਰੋਂ, ਕਿ ਇੰਨਾ ਲੱਖਾਂ ਲੋਕ ਜਿਹੜੇ ਲੱਖਾਂ ਦਾ ਇਕੱਠ ਹੈ ਕਿ ਉਹ ਬੈਠਾ ਇੰਨੀ ਸ਼ਾਂਤੀ ਨਾਲ, ਤਾਂ ਅਸੀਂ ਯਾਰ ਇਹਨਾਂ ਨੂੰ ਕਿਸ ਹਿਸਾਬ ਨਾਲ ਐਕਸ਼ਨ ਕਰੀਏ। ਇਹੀ ਤਾਂ ਸਾਡੀ ਜਿੱਤ ਹੈ, ਇਹਦੇ 'ਚ ਜਿਹੜਾ ਤੁਹਾਨੂੰ ਘਬਰਾਹਟ ਹੈ। ਵੰਡਣ ਦੀ ਕੋਸ਼ਿਸ਼ ਕਰ ਰਹੇ ਆ, ਵਿੱਚ ਕਈ ਵਾਰ ਬੰਦੇ ਭੇਜਦੇ ਆ, ਹੁਣ SYL ਦਾ ਇਹਨਾਂ ਨੇ ਮੁੱਦਾ ਛੇੜਤਾ ਕਿ ਆ ਜੋ ਜੀ ਸਾਨੂੰ ਤਾਂ ਪਾਣੀ ਚਾਹੀਦਾ,
उल्टा हरियाणा के लोगों ने जिते जिते बीजेपी ने धरने लाए से भजाए लोग कि यार तुम पेल साढ़िया जमीन बचनगियां दस पानी कहदे लई चाहिए जमीन ली जो साढ़े को जमीन ही रहू पानी करना बाकी असी कहते हरियाणा वाले बई कहते पानी असी आपे सानू दो असी अपने मुद्दा आपे सुलझा लाँगे पानी का भी इधरों असी यमुना का पानी पंजाब को भेज देंगे उधरों नंगल वाला इधर हरियाणा को भेज देंगे तो असी ये मसले हल करा लाँगे पर लीडर जोड़ा कि इस टाइम उ है कि जो इन्होंने फैसले सही ले होंगे बई सू बहना ही क्यों पैदा लोगों को हम समझ आ जूगी है ना कि ये जो मसले एडे लंबे सू उलझे हुए लगते हैं तो है ही कुछ नहीं इस आपसी गलबात दिन सुलझ जाएंगे लोगों को समझ सी पर राह नहीं सी मिल रहा कि इन्ना क वखरेवा इन्ना क पहाड़ पाया हुआ सी राजनीतिक लोगों ने डराउंदे सी सानू कि ऐ हो जूगा इदा किदा हो जूगा ऐ हो ही नहीं सकता पर जो अज लोग ने लीडर लतड़ के आप उत्ते आया तो सानू अज राह मिल गया कि नहीं यार ये तो असी कर सकते हैं तो लोगों के ओ चीज़ है कि साढ़े हौसले बहुत वधे आ और उम्मीद करते हैं ये जंग जितण तो बाद जो असी शंभू टप्पांगे जां उधरों बहादुरगढ़ वापस पंजाब नूं जावांगे ये हौसला ये दृढ़ता तो ये जिहड़ी साडी चंगियारी है ऐं बलदी रहूगी तो असी ऐं अपने मसले आप सुलझावांगे इन्हां लीडरां तों बिना भाई जी समाप्ति करांगे मैं चाहूँगा कि दो बोल कंवर बाई ने जिहड़ा कीता आ उहदे नाल है ना खत्म करदे आ जोश विच होश गवा के सुणिया कई हार जांदे भगती जे सच्ची होवे पत्थर भी तार जांदे खंडे नी वाहे जांदे खंडे नी वाहे जांदे बाहीं पावंगा नू एका 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 ते सबर जताउंदा मित्रो बई जंगा नू एका ते सबर जताउंदा मित्रो बई जंगा नू एका ते सबर जताउंदा।